ਜਿਹੜਾ ਸਾਡੀ 50ਵੀਂ ਸੋਧ ਹੈ ਉਹਨੂੰ ਪੰਜਾਬ 'ਚ ਲਾਗੂ ਕਰੋ। ਅੱਜ ਮੁੱਖ ਮੰਤਰੀ ਜੀ ਦਾ ਸਾਰਾ ਪੰਜਾਬ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ 85th ਅਮੈਂਡਮੈਂਟ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਪਹਿਲਾ ਸੂਬਾ ਪੰਜਾਬ ਅੱਜ ਬਣ ਗਿਆ ਜਿਸਨੇ ਸ਼ਡਿਊਲ ਕਾਸਟ ਪਲਾਨ ਦਾ ਪੈਸਾ, ਬਈ ਪੂਰੇ ਹਿੰਦੁਸਤਾਨ ਦੀ ਕੰਟਰੀ ਹੈ ਜਿੱਥੇ ਸ਼ਡਿਊਲ ਕਾਸਟ ਪਲਾਨ ਦਾ ਜਿਹੜਾ ਫੰਡ ਐਲੋਕੇਸ਼ਨ ਹੁੰਦਾ ਸੀ ਉਹਨੂੰ ਦੂਜੇ ਕੰਮਾਂ ਦੇ ਵਿੱਚ ਯੂਜ਼ ਕਰ ਲੈਂਦੇ ਸੀ, ਵਰਤ ਲੈਂਦੇ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰ ਦਿੱਤਾ ਕਿ ਇਹਦੇ ਵਾਸਤੇ ਕਾਨੂੰਨ ਬਣੇਗਾ ਵਿਧਾਨ ਸਭਾ ਦੇ ਵਿੱਚ। ਇੱਥੇ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਹੁਣ ਲਾਗੂ ਹੋ ਰਿਹਾ ਹੈ ਔਰ ਅਸੀਂ ਸਾਰਾ ਸਮਾਜ, ਅਸੀਂ ਸਾਰੇ MLA ਸਾਹਿਬਾਨ, ਸਾਡੇ ਸਾਰੇ ਸਾਥੀ, ਅਸੀਂ ਪੂਰੀ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੂੰ ਪੂਰੇ ਸਮਾਜ ਵੱਲੋਂ ਅਸੀਂ ਅੱਜ ਸਨਮਾਨਿਤ ਕਰਦੇ ਹਾਂ। ਧੰਨਵਾਦ, ਬਹੁਤ ਮਿਹਰਬਾਨੀ। ਜਿਹੜਾ ਸਾਡੀ 50ਵੀਂ ਸੋਧ ਹੈ ਉਹਨੂੰ ਪੰਜਾਬ 'ਚ ਲਾਗੂ ਕਰੋ। ਅੱਜ ਮੁੱਖ ਮੰਤਰੀ ਜੀ ਦਾ ਸਾਰਾ ਪੰਜਾਬ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ 85th ਅਮੈਂਡਮੈਂਟ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਪਹਿਲਾ ਸੂਬਾ ਪੰਜਾਬ ਅੱਜ ਬਣ ਗਿਆ ਜਿਸਨੇ ਸ਼ਡਿਊਲ ਕਾਸਟ ਪਲਾਨ ਦਾ ਪੈਸਾ, ਬਈ ਪੂਰੇ ਹਿੰਦੁਸਤਾਨ ਦੀ ਕੰਟਰੀ ਹੈ ਜਿੱਥੇ ਸ਼ਡਿਊਲ ਕਾਸਟ ਪਲਾਨ ਦਾ ਜਿਹੜਾ ਫੰਡ ਐਲੋਕੇਸ਼ਨ ਹੁੰਦਾ ਸੀ ਉਹਨੂੰ ਦੂਜੇ ਕੰਮਾਂ ਦੇ ਵਿੱਚ ਯੂਜ਼ ਕਰ ਲੈਂਦੇ ਸੀ, ਵਰਤ ਲੈਂਦੇ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰ ਦਿੱਤਾ ਕਿ ਇਹਦੇ ਵਾਸਤੇ ਕਾਨੂੰਨ ਬਣੇਗਾ ਵਿਧਾਨ ਸਭਾ ਦੇ ਵਿੱਚ। ਇੱਥੇ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਹੁਣ ਲਾਗੂ ਹੋ ਰਿਹਾ ਔਰ ਅਸੀਂ ਸਾਰਾ ਸਮਾਜ, ਅਸੀਂ ਸਾਰੇ MLA ਸਾਹਿਬਾਨ, ਸਾਡੇ ਸਾਰੇ ਸਾਥੀ, ਅਸੀਂ ਪੂਰੀ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੂੰ ਪੂਰੇ ਸਮਾਜ ਵੱਲੋਂ ਅਸੀਂ ਅੱਜ ਸਨਮਾਨਿਤ ਕਰਦੇ ਹਾਂ। ਧੰਨਵਾਦ, ਬਹੁਤ ਮਿਹਰਬਾਨੀ।